ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਸਾਹਮਣੇ ਸਕਰੀਨ ਦੇ ਉੱਪਰ ਆਪਜੀ ਸ਼ਬਦ ਦੇਖ ਰਹੇ ਹੋ ਇਹਨਾਂ ਦੇ ਸਹੀ ਉਚਾਰਣ ਬਾਰੇ ਦੱਸਣਾ ਹੈ ਸ਼ਾਇਦ ਇਹ ਪਹਿਲੀ ਵੀਡੀਓ ਹੈ ਜਿਸ ਦੇ ਵਿੱਚ ਆਪਜੀ ਨੂੰ ਇਹਨਾਂ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ ਦੇਖਣ ਦੇ ਵਿੱਚ ਆਇਆ ਹੈ ਸੰਧਿਆ ਕਰਾਉਣ ਵਾਲੇ ਉਸਤਾਦ ਅਤੇ ਕਰਨ ਵਾਲੇ ਵਿਦਿਆਰਥੀ ਬਹੁਤ ਆਦ ਗਿਣਤੀ ਦੇ ਵਿੱਚ ਇੰਨਾ ਸ਼ਬਦਾਂ ਦੇ ਉਚਾਰਣ ਅਤੇ ਬਰੀਕੀਆਂ ਬਾਰੇ ਨਹੀਂ ਦੱਸਿਆ ਜਾਂਦਾ ਜੋ ਕਿ ਗੁਰਬਾਣੀ ਦੇ ਹਰੇਕ ਅੰਗ ਦੇ ਉੱਤੇ ਆਉਂਦੇ ਹਨ ਅਤੇ ਬਾਰ-ਬਾਰ ਆਉਂਦੇ ਹਨ ਇੰਨਾ ਸ਼ਬਦਾਂ ਦੇ ਸੁੱਧ ਉਚਾਰਣ ਬਾਰੇ ਜਾਣਕਾਰੀ ਨਾ ਹੋਣਾ ਬਾਣੀ ਦੇ ਸੁੱਧ ਉਚਾਰਣ ਵਿੱਚ ਰੁਕਾਵਟ ਹੈ ਅਤੇ ਨਾ ਹੀ ਕੋਈ ਇਹਨਾਂ ਦੇ ਉਚਾਰਣ ਅਤੇ ਬਰੀਕੀਆਂ ਬਾਰੇ ਦੱਸਦਾ ਹੈ ਅਤੇ ਨਾ ਹੀ ਕੋਈ ਪੁੱਛਦਾ ਹੈ ਵਿਰਲੇ ਉਸਤਾਦ ਹੀ ਦੱਸਦੇ ਹਨ ਇਹਨਾਂ ਦਾ ਉਚਾਰਨ ਇਸ ਤਰ੍ਹਾਂ ਹੈ ਸੋ ਵੀਡੀਓ ਲੰਬੀ ਨਾ ਹੋਵੇ ਇਸ ਕਰਕੇ ਆਪਾਂ ਇਹਨਾਂ ਦੇ ਉਚਾਰਨ ਅਤੇ ਭੇਦ ਬਾਰੇ ਸਮਝਣਾ ਹੈ ਸਾਹਮਣੇ ਆਪ ਜੀ ਦੇਖ ਰਹੇ ਹੋ ਦੇਖਣ ਨੂੰ ਤਾਂ ਅਤੇ ਪੜ੍ਹਨ ਨੂੰ ਤਾਂ ਆਮ ਇਨਸਾਨ ਵਾਸਤੇ ਬਿਨਾਂ ਸੰਥਿਆ ਤੋਂ ਜਾਂ ਜਿੰਨੇ ਉਹਨਾਂ ਬਰੀਕੀਆਂ ਨੂੰ ਨਹੀਂ ਸਮਝਿਆ ਹੈ ਉਹਨਾਂ ਗੁਰਮਖਾਂ ਵਾਸਤੇ ਵੀ ਇਹ ਇੱਕ ਆਮ ਸ਼ਬਦ ਅਤੇ ਉਚਾਰਨ ਹੈ ਸੋਚਦੇ ਹੋਗੇ ਕਿ ਇੱਕੋ ਜੀ ਆਵਾਜ਼ ਹੈ ਲੇਕਿਨ ਜਦੋਂ ਹੁਣ ਇਹਨਾਂ ਦੇ ਭੇਦ ਖੋਲਾਂਗੇ ਉਚਾਰਨ ਦੇ ਵਿੱਚ ਪਤਾ ਲੱਗੇਗਾ ਕਿ ਕਿੰਨਾ ਭੇਦ ਹੈ ਸੋ ਬੜੇ ਧਿਆਨ ਦੇ ਨਾਲ ਆਪ ਜੀ ਨੇ ਸਰਵਣ ਕਰਨਾ ਹੈ ਜੇ ਆਪ ਜੀ ਵੀਡੀਓ ਇਕਾਂਤ ਵਿੱਚ ਦੇਖ ਰਹੇ ਹੋ ਤਾਂ ਇਹਦਾ ਪੂਰਾ ਲਾਭ ਜੀ ਲੈ ਸਕਦੇ ਹੋ ਜੇ ਆਪ ਜੀ ਇਕਾਂਤ ਵਿੱਚ ਨਹੀਂ ਹੋ ਤਾਂ ਇਸ ਵੀਡੀਓ ਨੂੰ ਨਾ ਦੇਖੋ ਜਦੋਂ ਇਕਾਂਤ ਹੋਵੇ ਜੇ ਆਰਾਮ ਨਾਲ ਬੈਠੇ ਹੋਵੋ ਤਾਂ ਫਿਰ ਇਸ ਵੀਡੀਓ ਨੂੰ ਦੇਖਣਾ ਤੇ ਸਮਝਣਾ ਜਿਆਦਾ ਲਾਹਾ ਪ੍ਰਾਪਤ ਹੋਵੇਗਾ ਪਹਿਲਾ ਜੋ ਸ਼ਬਦ ਹੈ ਐੜੇ ਕਨੌੜਾ ਰਾਰਾ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ ਕਿ ਮਹਾਰਨੀ ਦਾ ਉਚਾਰਨ ਇੰਨਾ ਜਿਆਦਾ ਕਰਨਾ ਚਾਹੀਦਾ ਹੈ ਅਭਿਆਸ ਕਰਨਾ ਚਾਹੀਦਾ ਹੈ ਕਿ ਮੂੰਹ ਥੱਕ ਜਾਵੇ ਮੂੰਹ ਨੂੰ ਹਰਾ ਦੇਣ ਵਾਲੀ ਦਾ ਨਾਮ ਮਹਾਰਨੀ ਹੈ ਸੋ ਰੋ ਵਿਚਾਰ ਆਓ ਅਰੰਭ ਕਰੀਏ ਐੜੇ ਕਨੌੜਾ ਰਾਰਾ ਐੜੇ ਕਨੌੜੇ ਦੀ ਆਵਾਜ਼ ਹੈ ਆਓ ਰਾਰਾ ਮੁਕਤਾ ਹੈਰ ਔਰ ਇਹਦੇ ਨਾਲ ਹੀ ਇੱਕ ਸ਼ਬਦ ਹੈ ਐੜਾ ਊੜੇ ਔਂਕੜ ਰਾਰਾ ਇਹ ਦੋਵੇਂ ਸ਼ਬਦ ਬਾਣੀ ਵਿੱਚ ਆਉਂਦੇ ਹਨ ਬੋਲਣ ਲੱਗਿਆਂ ਅਸੀਂ ਇਕੱਠੇ ਇੱਕੋ ਜਿਹੀ ਬੋਲ ਜਾਂਦੇ ਹਾਂ ਲੇਕਿਨ ਜਦੋਂ ਔਰ ਬੋਲਣਾ ਹੈ ਉਦੋਂ ਕਨੌੜੇ ਦੀ ਆਵਾਜ਼ ਹੈ ਥੋੜਾ ਜਿਹਾ ਸਮਾਂ ਲੱਗ ਕੇ ਬੋਲਿਆ ਹੈ ਔਰ ਜਦੋਂ ਔਰ ਦੀ ਆਵਾਜ਼ ਕੱਢਾਂਗੇ ਊੜੇ ਔਂਕੜ ਦੀ ਤਾਂ ਜਲਦੀ ਨਾਲ ਪੜਿਆ ਜਾਣਾ ਹੈ ਆਓ ਰਾਰਾ ਉਸੇ ਤਰ੍ਹਾਂ ਹੀ ਲੱਗਣਾ ਹੈ ਔਰ ਇੱਕ ਨੌੜੇ ਦੀ ਆਵਾਜ਼ ਹੈ ਅਤੇ ਔਰ ਇਹ ਜਿਹੜਾ ਹੈ ਊੜੇ ਔਂਕੜ ਰਾਰੇ ਦੀ ਆਵਾਜ਼ ਹੈ ਐੜੇ ਦੇ ਨਾਲ ਜਿਹੜਾ ਔਰ ਐੜੇ ਕਨੌੜੇ ਦੇ ਨਾਲ ਹੈ ਜਦੋਂ ਦਸਮ ਬਾਣੀ ਪੜੋਗੇ ਜਪ ਸਾਹਿਬ ਉਹਦੇ ਚ ਆਉਂਦਾ ਹੈ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਉਥੇ ਔਰ ਨਹੀਂ ਕਹਿਣਾ ਹੈ ਤੇ ਔਰ ਕਹਿਣਾ ਹੈ ਇਹ ਭਾਰੀ ਫਰਕ ਹੈ ਜੇ ਨਹੀਂ ਸਮਝ ਲੱਗੀ ਤਾਂ ਦੁਬਾਰਾ ਸੁਣੋ ਪਿਛੇ ਦਾਸ ਨੇ ਦੱਸਿਆ ਹੈ ਫਿਰ ਦੁਬਾਰਾ ਸੁਣ ਕੇ ਆਪ ਜੀ ਸਮਝ ਸਕਦੇ ਹੋ ਜਿਹੜਾ ਊੜੇ ਔਂਕੜ ਦੇ ਨਾਲ ਹੈ ਐੜਾ ਊੜੇ ਔਂਕੜ ਰਾਰਾ ਹੁਣ ਇਹਨੂੰ ਬੁੱਲਣ ਦਾ ਢੰਗ ਹੈ ਔਰ ਜਲਦੀ ਨਾ ਪੜ ਦੇਣਾ ਹੈ ਜਿਵੇਂ 65 ਥੰਗ ਦੇ ਉੱਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਹੈ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਈ ਔਰ ਪਾਠ ਹੈ ਇਹਦਾ ਭੇਦ ਸਮਝਣਾ ਹੈ ਦੋਵਾਂ ਦਾ ਹੁਣ ਇਸ ਤੋਂ ਅੱਗੇ ਇੱਕ ਹੋਰ ਸ਼ਬਦ ਹੈ ਔਰ ਹੁਣ ਇਹ ਨਾਂ ਤੇ ਕਨੌੜੇ ਵਾਲੀ ਆਵਾਜ਼ ਹੈ ਨਾ ਊੜੇ ਔਂਕੜ ਵਾਲੀ ਆਵਾਜ਼ ਹੈ ਇਹ ਊੜੇ ਹੋੜਾ ਰਾਰਾ ਹੈ ਊੜਾ ਖੁੱਲੇ ਮੂੰਹ ਵਾਲਾ ਹੈ ਜਿੰਨੂੰ ਊੜੇ ਹੋੜਾ ਵੀ ਆਖਦੇ ਹਾਂ ਆਪਾਂ ਇਹਦਾ ਉਚਾਰਨ ਬਿਲਕੁਲ ਸਿੰਪਲ ਜਿਹਾ ਹੈ ਔਰ ਜਿਵੇਂ ਇੰਗਲਿਸ਼ ਦੇ ਵਿੱਚ ਅਸੀਂ ਓ ਆਰ ਇਕੱਠਾ ਪੜ੍ਹਦੇ ਹਾਂ ਔਰ ਸਿਰਫ ਇਹਦਾ ਇੰਨਾ ਉਚਾਰਨ ਹੈ ਜਿਵੇਂ ਬਾਣੀ ਵਿੱਚ ਪੰਗਤੀ ਆਉਂਦੀ ਹੈ 1272 ਰੰਗ ਦੇ ਉੱਤੇ ਕਨਕ ਔਰ ਪ੍ਰੀਤ ਮੋਰ ਚਿਤ ਚਾਤ੍ਰਿਕ ਬੂੰਦ ਔਰ ਹੁਣ ਇੱਥੇ ਔਰ ਦੀ ਆਵਾਜ਼ 'ਤੇ ਥੋੜਾ ਫਰਕ ਸਮਝਣਾ ਪਵੇਗਾ ਬਿਨਾ ਸੰਖਿਆ ਦਾ ਅਸੀਂ ਤੰਨਾ ਨੂੰ ਇੱਕੋ ਜਾਈ ਪੜ ਜਾਂਦੇ ਹਾਂ ਸਵੇਸ਼ ਕਰਕੇ ਆਪ ਜੀ ਨੇ ਧਿਆਨ ਰੱਖਣਾ ਹੈ ਉਸ ਤੋਂ ਅਗਲੇ ਜਿਹੜੇ ਸ਼ਬਦ ਹਨ ਉਹ ਆਪ ਜੀ ਦੇਖ ਰਹੇ ਹੋ ਊੜੇ ਵਾਲੇ ਜਿਹੜੇ ਹਨ ਹੋਰ ਆਪ ਜੀ ਦੇਖ ਰਹੇ ਹੋ ਊੜੇ ਔਂਕੜ ਹਾ ਹਾ ਊੜੇ ਔਂਕੜ ਹਾ ਹੇ ਔਂਕੜ ਊੜੇ ਹੋੜਾ ਹਾ ਹਾ ਊੜੇ ਹੋੜਾ ਹਾ ਹੇ ਹੋੜਾ ਹੁਣ ਜਿਹੜੇ ਇਹ ਸ਼ਬਦ ਹਨ ਇਹ ਪੰਜ ਸ਼ਬਦ ਆਪ ਜੀ ਦੇਖ ਰਹੇ ਸਾਹਮਣੇ ਹੁਣ ਇਹਨਾਂ ਦਾ ਉਚਾਰਨ ਜੇ ਕੋਈ ਆਮ ਇਨਸਾਨ ਕਰੇ ਬਿਨਾ ਸੰਖਿਆ ਤੋਂ ਜਾਂ ਬਿਨਾ ਬਰੀਕੀਆਂ ਸਮਝਿਆ ਤੇ ਇਹਨਾਂ ਦਾ ਇੱਕੋ ਉਚਾਰਨ ਕਰ ਦੇਗਾ ਇਕਠਾਈ ਉਹ ਲੇਕਿਨ ਗਲਤ ਹੈ ਹੁਣ ਇਹਨਾਂ ਵਿੱਚ ਫਰਕ ਕੀ ਕੀ ਹੈ ਪਹਿਲਾ ਹੈ ਊੜੇ ਔਂਕੜ ਹਾਹਾ ਇਹਦਾ ਉਚਾਰਨ ਹੈ ਉਹ ਊੜੇ ਔਂਕੜ ਉਹ ਹਾਹਾ ਮੁਕਤਾਹ ਉਹ ਇਹਦਾ ਉਚਾਰਨ ਸਿਰਫ ਇੰਨਾ ਹੈ ਤੇ ਦੂਸਰਾ ਜਿਹੜਾ ਹੈ ਹਾਹੇ ਔਂਕੜ ਨਾਲ ਲੱਗ ਗਈ ਹੈ ਹੁਣ ਉਹਦਾ ਉਚਾਰਨ ਹੈ ਉਹ ਹੁਣ ਜਿੰਨੀ ਆਵਾਜ਼ ਊੜੇ ਔਂਕੜ ਦੀ ਆਈ ਹੈ ਉਨੀ ਆਵਾਜ਼ ਹੀ ਹਾਹੇ ਔਂਕੜ ਦੇ ਵੀ ਆਉਣੀ ਹੈ ਹੋ ਉਹ ਜਲਦੀ ਨਾ ਪੜਿਆ ਜਾਣਾ ਹੈ ਜਿਵੇਂ ਜਿਹੜਾ ਸ਼ਬਦ ਪਹਿਲਾਂ ਅਸੀਂ ਪੜਿਆ ਹੈ ਉਹ 794 ਅੰਗ ਦੇ ਉਤੋਂ ਇੱਕ ਪੰਕਤੀ ਲਈ ਹੈ ਦਾਸ ਨੇ ਸਮਝਾਉਣ ਵਾਸਤੇ ਘਰ ਕੀ ਨਾਰ ਰਹਿ ਤਨ ਲਾਗੀ ਉਹ ਤਉ ਭੂਤ ਭੂਤ ਕਰ ਭਾਗੀ ਇਹ ਪਾਠ ਇਦਾਂ ਹੈ ਉਹ ਤੇ ਦੂਸਰਾ ਜਿਹੜਾ ਅਸੀਂ ਨੇ ਸਮਝਿਆ ਹੈ ਊੜੇ ਔਂਕੜ ਹਾਹੇ ਔਂਕੜ ਉਹ ਤੇ ਨਾਲ ਜਿਹੜਾ ਇੱਕ ਹੋਰ ਸ਼ਬਦ ਹੈ ਜਿਹੜਾ ਊੜੇ ਹੋੜਾ ਹਾਹਾ ਮੁਕਤਾ ਹੈ ਇਹ ਵਾਲਾ ਅਤੇ ਊੜੇ ਔਂਕੜ ਹਾਹੇ ਔਂਕੜ ਇਹ ਜਿਹੜਾ ਸ਼ਬਦ ਦੋ ਹਨ ਇਹ ਆਪ ਜੀ ਦੇਖ ਰਹੇ ਹੋ ਇਕੱਠੇ ਹੀ ਆ ਜਾਂਦੇ ਨੇ ਇੱਕ ਪੰਕਤੀ ਦੇ ਵਿੱਚ ਉਹ ਪੰਕਤੀ ਹੈ 268 ਹੰਗ ਦੇ ਉੱਤੇ ਓਹ ਬਿਨਸੈ ਉਹ ਮਨ ਪਛਤਾਵੇ ਊੜੇ ਔਂਕੜ ਹਾਹੇ ਔਂਕੜ ਓਹ 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 ਇਸ ਤਰ੍ਹਾਂ ਨਾਲ ਦੀ ਆਵਾਜ਼ ਹੈ ਓਹ ਬਿਨਸੈ ਉਹ ਮਨ ਪਛਤਾਵੇ ਇਸ ਤਰ੍ਹਾਂ ਇਹਨਾਂ ਦੋਵਾਂ ਦਾ ਉਚਾਰਨ ਹੈ ਊੜੇ ਹੋੜਾ ਹਾਹੇ ਔਂਕੜ ਊੜੇ ਹੋੜਾ ਹਾਹੇ ਹੋੜਾ ਇਹ ਦੋ ਰਹਿ ਗਏ ਨੇ ਹੁਣ ਜਿਹੜਾ ਸਮਝਣਾ ਹੈ ਉਹ ਹੈ ਊੜੇ ਹੋੜਾ ਹਾਹੇ ਔਂਕੜ ਇਹ ਜਪਜੀ ਸਾਹਿਬ ਦੇ ਵਿੱਚ ਆਪਜੀ ਬੜੀਆਰੀ ਪੜਦੇ ਹੋ ਚਾਰ ਨੰਬਰ ਰੰਗ ਦੇ ਉੱਤੇ ਹੈ ਮੂਤ ਪਲੀਤੀ ਕੱਪੜ ਹੋਏ ਦੇਸਾਬੂਣ ਲਈਏ ਓਹ ਧੋਏ ਹੁਣ ਇਹਦੀ ਆਵਾਜ਼ ਹੈ ਓਹ ਇਹਨੂੰ ਓਹੋ ਨਹੀਂ ਕਹਿਣਾ ਨਾ ਓਹ ਕਹਿਣਾ ਹੈ ਊੜੇ ਹੋੜਾ ਓ ਹਾਹੇ ਔਂਕੜ ਹੋ ਓਹ ਊੜੇ ਹੋੜੇ ਦੀ ਆਵਾਜ਼ ਜ਼ਿਆਦਾ ਹੈ ਹਾਹੇ ਔਂਕੜ ਦੀ ਥੋੜੀ ਹੈ ਇੱਕ ਦੀਰਘ ਮਾਤਰਾ ਹੈ ਉਹ ਹੈ ਊੜੇ ਹੋੜਾ ਲੰਬੀ ਜਾਏਗੀ ਹਾਹੇ ਔਂਕੜ ਦੀ ਆਵਾਜ਼ ਥੋੜੀ ਹੈ ਲਘੂ ਮਾਤਰਾ ਹੈ ਭਾਵ ਕਿ ਥੋੜੀ ਆਵਾਜ਼ ਹੈ ਓਹ ਤੋਏ ਇਹਨੂੰ ਓਹ ਨਹੀਂ ਕਹਿਣਾ ਹੈ ਗਲਤ ਹੋ ਜਾਏਗਾ ਇਸ ਤਰ੍ਹਾਂ ਬੜੀ ਬਰੀਕੀ ਨਾਲ ਸਮਝਣ ਵਾਲੀ ਹੈ ਇੱਕ ਇੱਕ ਗੱਲ ਇਹ ਸੋਧ ਉਚਾਰਣ ਹਨ ਸਾਡੀ ਬਾਣੀ ਦੇ ਇਦਾਂ ਪਾਠ ਕਰਨਾ ਹੈ ਜੇ ਇਹਦਾ ਨਾਂ ਆਇਆ ਤੇ ਸੰਥਿਆ ਪਾਠ ਸੁੱਧ ਨਹੀਂ ਕਿਹਾ ਜਾਵੇਗਾ ਉਸ ਤੋਂ ਅੱਗੇ ਸਾਧ ਸੰਗਤ ਇੱਕ ਸ਼ਬਦ ਰਹਿ ਗਿਆ ਹੈ ਊੜੇ ਹੋੜਾ ਹਾਹੇ ਹੋੜਾ 383 ਅੰਗ ਦੇ ਉੱਤੇ ਦਾਸ ਨੇ ਪੰਕਤੀ ਇੱਕ ਪੜ੍ਹੀ ਸੀ ਉੱਥੇ ਇੱਕ ਸ਼ਬਦ ਆਉਂਦਾ ਹੈ ਓਹੋ ਹੁਣ ਇਹ ਦੋਵੇਂ ਜਿਹੜੀਆਂ ਮਾਤਰਾਵਾਂ ਹਨ ਦੀਰਘ ਹਨ ਦੋਵਾਂ ਦੀ ਆਵਾਜ਼ ਲੰਬੀ ਹੈ ਜਿਵੇਂ ਊੜਾ ਆਪਣੀ ਆਵਾਜ਼ ਲੰਬੀ ਦੇ ਰਿਹਾ ਹੈ ਖੁੱਲੇ ਮੂੰਹ ਵਾਲਾ ਇਸੇ ਤਰ੍ਹਾਂ ਹਾਏ ਹੋੜੇ ਨੇ ਵੀ ਆਵਾਜ਼ ਉੱਚੀ ਦੇਣੀ ਹੈ। ਓਹੋ ਇਸ ਤਰ੍ਹਾਂ ਇਕੱਠਾ ਬੋਲਣਾ ਹੈ ਓਹੋ ਦੋਵਾਂ ਦੀ ਆਵਾਜ਼ ਇਕੱਠੀ ਦਿੰਦਿਆਂ ਹੋਇਆਂ ਇੱਕ ਪੰਕਤੀ ਹੈ ਓਹੋ ਸੁਖ ਓਹਾ ਵढਿਆਈ ਜੋ ਪ੍ਰਭ ਜੀ ਮਨ ਭਾਣੀ ਇਸ ਤਰ੍ਹਾਂ ਇਹਨਾਂ ਦਾ ਉਚਾਰਣ ਹੈ ਸੋ ਆਪ ਜੀ ਨੇ ਇਹ ਬਾਣੀ ਸਰਵਣ ਕੀਤੀ ਹੈ ਉਚਾਰਣ ਸਿੱਖੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਦਾਸ ਨੇ ਆਪਣਾ ਫਰਜ਼ ਨਿਭਾਇਆ ਹੈ। ਆਪ ਜੀ ਦਾ ਫਰਜ਼ ਇਹ ਹੈ ਕਿ ਇਸ ਵੀਡੀਓ ਨੂੰ ਆਪ ਜੀ ਨੇ ਸਮਝਣਾ ਹੈ, ਸਿੱਖਣਾ ਹੈ, ਜ਼ਿੰਦਗੀ ਦੇ ਵਿੱਚ ਪਣਾਉਣਾ ਹੈ ਅਤੇ ਹੋਰ ਸੰਗਤਾਂ ਤੱਕ ਸਾਂਝਾ ਕਰਨਾ ਹੈ। ਤਾਂ ਜੋ ਇਸ ਪ੍ਰਚਾਰ ਦਾ ਹੋਰ ਸੰਗਤ ਵੀ ਲਾਹਾ ਲੈ ਸਕਣ। ਸੋ ਇੱਕ ਵਾਰੀ ਫੇਰ ਆਪਾਂ ਉਹ ਸ਼ਬਦਾਂ ਨੂੰ ਪੜ੍ਹ ਦਿੰਨੇ ਹਾਂ ਤਾਂ ਜੋ ਦੁਬਾਰਾ ਸਮਝ ਆ ਜਾਵੇ। ਬਾਕੀ ਦੇ ਜਿਹੜੇ ਸ਼ਬਦ ਹਨ ਉਹ ਦੂਜੇ ਭਾਗ, ਤੀਜੇ, ਚੌਥੇ ਭਾਗ 'ਚ ਆਪਾਂ ਸਰਵਣ ਕਰਾਂਗੇ। ਪਹਿਲਾ ਸੀ ਐੜੇ ਕਨੌੜਾ ਰਾਰਾ ਔਰ ਐੜਾ ਊੜੇ ਔਂਕੜ ਰਾਰਾ ਔਰ ਊੜੇ ਹੋੜਾ ਰਾਰਾ ਔਰ ਉਸ ਤੋਂ ਇਲਾਵਾ ਸੀ ਊੜੇ ਔਂਕੜ ਹਾਹਾ ਓਹ ਊੜੇ ਔਂਕੜ ਹਾਹੇ ਔਂਕੜ ਓਹ ਊੜੇ ਹੋੜਾ ਹਾਹਾ ਓਹ ਊੜੇ ਹੋੜਾ ਹਾਹੇ ਔਂਕੜ ਓਹ ਉੜੇ ਹੋੜਾ ਹਾਹੇ ਹੋੜਾ ਓਹੋ ਇਸ ਤਰ੍ਹਾਂ ਆਪ ਜੀ ਨੇ ਇਹਨਾਂ ਸ਼ਬਦਾਂ ਦਾ ਦੁਬਾਰਾ ਸਰਵਣ ਕਰਕੇ ਸਿੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ